ਚੁਣਾਵ ਸ਼ੁਰੂ ਆ ਔਰ ਸਾਡੇ ਪ੍ਰਭਾਰੀ ਜੀ ਪੰਜਾਬ ਦੇ ਸ਼੍ਰੀ ਵਿਜੇ ਰੂਪਾਨੀ ਜੀ ਜਿਹੜੇ ਐਕਸੀਐਮ ਆ ਗੁਜਰਾਤ ਦੇ ਔਰ ਪਾਰਟੀ ਦੇ ਵਿੱਚ ਬਹੁਤ ਉਹਨਾਂ ਨੂੰ ਤਜਰਬਾ ਬੜੇ ਸੀਨੀਅਰ ਨੇਤਾ ਆ ਉਹ ਆ ਰਹੇ ਆ ਅਤੇ ਨਾਲ ਸਾਡੇ ਪ੍ਰਦੇਸ਼ ਦੇ ਪ੍ਰਧਾਨ ਆਪਣੇ ਸੁਨੀਲ ਜਾਖੜ ਜੀ ਵੀ ਆ ਰਹੇ ਆ ਅਤੇ ਲੋਕ ਸਭਾ ਸਾਰੀ ਦੇ ਜਿਹੜੇ ਕਾਰਜਕਰਤਾ ਹੈਗੇ ਆ ਜਿਹੜੇ ਕੰਮਾਂ 'ਚ ਲਾਏ ਹੋਏ ਆ ਚਾਹੇ ਉਹ ਇਲੈਕਸ਼ਨ ਮੈਨੇਜਮੈਂਟ 'ਚ ਆ ਚਾਹੇ ਉਹ ਹੋਰ ਗਰੁੱਪਾਂ ਦੇ ਆ ਸਾਰਿਆਂ ਦੀ ਅੱਜ ਇਕੱਠੀ ਉਹ ਇੱਕ ਬੈਠਕ ਲੈ ਕੇ ਆਪਣਾ ਸੰਦੇਸ਼ ਦੇਣਗੇ ਔਰ ਆਪਣੇ ਨਿਰਦੇਸ਼ ਵੀ ਦੇਣਗੇ ਕਿਸ ਤਰ੍ਹਾਂ ਇਹ ਚੁਣਾਵ ਨੂੰ ਆਪਾਂ ਵਧੀਆ ਢੰਗ ਨਾਲ ਜਿੱਤ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਚੁਣਾਵ ਲੜਨਾ ਹੈਗਾ ਔਰ ਇਸ ਦੇ ਨਾਲ ਨਾਲ ਜੋ ਮੋਦੀ ਸਰਕਾਰ ਨੇ ਕੀਤਾ ਪਿਛਲੇ 10 ਸਾਲਾਂ 'ਚ ਦੇਸ਼ ਦਾ ਜੋ ਕਾਇਆਕਲਪ ਕੀਤਾ ਦੇਸ਼ ਦੇ ਵਿੱਚ ਹਰ ਗਰੀਬ ਲਈ ਉਹਨਾਂ ਨੇ ਕੁਛ ਨਾ ਕੁਛ ਕੀਤਾ ਔਰ ਖਾਸ ਤੌਰ 'ਤੇ ਮਹਿਲਾਵਾਂ ਨੂੰ ਯੂਥ ਨੂੰ ਸਾਹਮਣੇ ਰੱਖ ਕੇ ਬਹੁਤ ਵੱਡੀਆਂ ਵੱਡੀਆਂ ਰਾਹਤਾਂ ਸਕੀਮਾਂ ਦਿੱਤੀਆਂ ਔਰ ਬੜਾ ਵੱਡਾ ਇਨਫਰਾਸਟਰਕਚਰ ਚਾਹੇ ਉਹ ਰੋਡ ਇਨਫਰਾਸਟਰਕਚਰ ਆ ਰੇਲ ਇਨਫਰਾਸਟਰਕਚਰ ਆ ਐਂਡ ਏਅਰ ਇਨਫਰਾਸਟਰਕਚਰ ਆ ਉਹ ਸਾਰਿਆਂ ਦੇ ਵਿੱਚ ਬਹੁਤ ਵੱਡੀਆਂ ਪਲਾਂਘਾਂ ਪੱਟੀਆਂ ਯਾਨੀ ਕਹਿਣ ਤੋਂ ਭਾਵ ਇਹ ਆ ਕਿ ਪਿਛਲੀ ਸਰਕਾਰ 'ਚ 10 ਸਾਲਾਂ 'ਚ ਪਹਿਲੀਆਂ ਸਰਕਾਰਾਂ ਦੇ 60 ਸਾਲ ਤੋਂ ਵੱਧ ਕੰਮ ਹੋਇਆ ਇਹ ਵੀ ਲੋਕਾਂ ਤੱਕ ਘਰ ਘਰ ਪਹੁੰਚਾਉਣਾ ਕਾਰਜਕਰਤਾ ਨੇ ਇਹਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦੇਣੀ ਹੈਗੀ ਹੈ ਸਾਰੀ ਸੋ ਕੁੱਲ ਮਿਲਾ ਕੇ ਅੱਜ ਇੱਕ ਕਹਿ ਸਕਦੇ ਹਾਂ ਇੱਕ ਫੋਰਮਲ ਤਰੀਕੇ ਨਾਲ ਸਮੂਹਿਕ ਤੌਰ 'ਤੇ ਜਿਹੜਾ ਹੈਗਾ ਉਹ ਚੁਣਾਵ ਦਾ ਆਗਾਜ਼ ਹੁਸ਼ਿਆਰਪੁਰ ਲੋਕ ਸਭਾ ਦਾ ਹੋ ਰਿਹਾ ਔਰ ਸਾਡੇ ਕੈਂਡੀਡੇਟ ਵੀ ਡਿਕਲੇਅਰ ਹੋ ਹੀ ਚੁੱਕੇ ਆ ਸਭ ਨੂੰ ਅਨੀਤਾ ਸੋਮ ਪ੍ਰਕਾਸ਼ ਜੀ ਸੋਮ ਪ੍ਰਕਾਸ਼ ਜੀ ਪਹਿਲੇ ਮੰਤਰੀ ਵੀ ਰਹੇ ਆ ਇੱਥੋਂ ਐਮ ਪੀ ਬਣ ਕੇ ਔਰ ਉਹਨਾਂ ਨੇ ਵੀ ਜੋ ਐਮ ਪੀ ਲੈਵਲ ਦੇ ਕੰਮ ਹੁੰਦੇ ਆ ਕਾਫੀ ਅੱਛੇ ਅੱਛੇ ਕੰਮ ਕੀਤੇ ਆ ਇਸ ਹਲਕੇ ਵਾਸਤੇ ਜਿਵੇਂ ਇੰਟਰਨੈਸ਼ਨਲ ਲੈਵਲ ਦਾ ਪਲੇਟਫਾਰਮ ਬਣਾਉਣਾ ਔਰ ਇੱਕ ਟਾਂਡਾ ਤੋਂ ਹੁਸ਼ਿਆਰਪੁਰ ਨੂੰ ਰੇਲ ਲਿੰਕ ਜੋੜਨੇ ਨੂੰ ਵੀ ਕਾਫੀ ਉਪਰਾਲਾ ਕੀਤਾ ਆ ਫੋਰ ਲੇਨਿੰਗ ਫਗਵਾੜਾ ਰੋਡ ਤੋਂ ਹੁਸ਼ਿਆਰਪੁਰ ਤੱਕ ਔਰ ਬਾਈਪਾਸ ਉਹਦਾ ਉਨਾ ਰੋਡ ਤੱਕ ਇਸੇ ਤਰ੍ਹਾਂ ਹੀ ਘੁਮਾਨ ਤੋਂ ਟਾਂਡਾ ਹੁੰਦੀ ਹੋਈ ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ਲਈ ਫੋਰ ਲੇਨਿੰਗ ਇਹਦਾ ਵੀ ਨਵਾਂ ਬਾਈਪਾਸ ਬਾਰੋਂ ਬਾਰੀ ਸੋ ਜੋ ਇਨਫਰਾਸਟਰਕਚਰ ਕਨੈਕਟਿਵਿਟੀ ਹੈ ਵਧੀਆ ਉਹੀ ਸਾਰੀ ਵਿਕਾਸ ਦੀ ਜਿਹੜਾ ਮੂਲ ਹੁੰਦੀ ਹੈ ਆਧਾਰ ਹੁੰਦੀ ਹੈ ਸੋ ਉਹਦੇ ਵਾਸਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਹਵਾਈ ਅੱਡਾ ਦੁਬਾਰਾ ਚਲਾਇਆ ਜਿਹੜਾ ਕਰੋਨਾ 'ਚ ਬੰਦ ਹੋ ਗਿਆ ਔਰ 6-7 ਜਗ੍ਹਾ 'ਤੇ ਉਡਾਨਾਂ ਸ਼ੁਰੂ ਹੋ ਗਈਆਂ ਨੰਦੇੜ ਸਾਹਿਬ ਨੂੰ ਵੀ ਦਿੱਲੀ ਨੂੰ ਵੀ ਗੋਆ ਤੱਕ ਬੈਂਗਲੌਰ ਤੱਕ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਛੋਟਾ ਗਰੀਬ ਜਿਹੜਾ ਵਿਅਕਤੀ ਹੈਗਾ ਉਹ ਤੋਂ ਲੈ ਕੇ ਇੱਕ ਦੇਸ਼ ਨੂੰ ਵਿਕਸਿਤ ਦੇਸ਼ਾਂ 'ਚ ਲਿਜਾਣ ਤੱਕ ਵਾਸਤੇ ਜਿਹੜੇ ਕੰਮ ਆ ਉਹ ਹੋਏ ਆ 25 ਕਰੋੜ ਗਰੀਬਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਬੜੀ ਵੱਡੀ ਗੱਲ ਆ ਔਰ ਆਰਥਿਕ ਤੌਰ 'ਤੇ ਪੰਜਾਬ ਨੂੰ ਭਾਰਤ ਨੂੰ 11ਵੇਂ ਨੰਬਰ 'ਤੇ 5ਵੇਂ ਨੰਬਰ 'ਤੇ ਲੈ ਕੇ ਆਉਂਦਾ ਵਿਕਸਿਤ ਭਾਰਤ ਦਾ ਸੰਕਲਪ ਸ਼ਾਇਦ ਹੀ ਕਿਸੇ ਅੱਜ ਤੱਕ ਪ੍ਰਧਾਨ ਮੰਤਰੀ ਨੇ ਲਿਆ ਹੋਵੇ ਸੋ ਇਹ ਸਾਰੀਆਂ ਗੱਲਾਂ ਕਾਰਜਕਰਤਾਵਾਂ ਨਾਲ ਸਾਂਝੀਆਂ ਹੋਣਗੀਆਂ ਔਰ ਇੱਥੋਂ ਇੱਕ ਨਵੀਂ ਊਰਜਾ ਐਨਰਜੀ ਲੈ ਕੇ ਲੋਕ ਜਿਹੜੇ ਹੈਗੇ ਆ ਆਪਣੇ ਆਪਣੇ ਖੇਤਰਾਂ ਦੇ ਵਿੱਚ ਕੰਮ ਕਰਨਗੇ ਭਾਰਤੀ ਜਨਤਾ ਪਾਰਟੀ 'ਚ ਗੁੱਟਵਾਜੀ ਹੁੰਦੀ ਨਹੀਂ ਜੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੋਕ ਆ ਉਹ ਇੱਕ ਵਿਚਾਰਧਾਰਾ ਵਾਸਤੇ ਕੰਮ ਕਰਦੇ ਆ ਗੁੱਟਬੰਦੀ ਨਹੀਂ ਮੈਂ ਕਹਿੰਦਾ ਮਤਲਬ ਕੰਮ ਟੋਲੀਆਂ 'ਚ ਹੁੰਦਾ ਉਹਨੂੰ ਗੁੱਟ ਤੁਸੀਂ ਗੁੱਟ ਕਹਿ ਦਿੰਦੇ ਹੋ ਮੈਂ ਕਹਿੰਦਾ ਟੋਲੀਆਂ 'ਚ ਕੰਮ ਹੁੰਦਾ ਉਹ ਕਿਸੇ ਵੀ ਵਰਕਿੰਗ ਲਈ ਉਹ ਇੱਕ ਹੈਲਦੀ ਟ੍ਰੈਂਡ ਹੁੰਦਾ ਕੰਪੀਟੀਸ਼ਨ ਦੇ ਨਾਲ ਕੰਮ ਕਰਦੇ ਸਾਰੇ ਪਾਰਟੀ ਵਾਸਤੇ
ਬੇਰੁਜ਼ਗਾਰੀ ਵੀ ਦੇਖਦੇ ਆਪਾਂ ਕਿ ਵੱਡੇ ਪੱਧਰ ਤੇ ਹਜੇ ਵੀ ਵਧੀ ਹੋਈ ਆ ਹੁਣ ਬੇਰੁਜ਼ਗਾਰੀ, ਜਿਹੜੀ ਯੁਵਾ ਵਰਗ ਜਿਹੜਾ ਉਹ ਜਿਹੜੀ ਪਹਿਲਾਂ ਪਾਪੂਲੇਸ਼ਨ ਪਾਪੂਲੇਸ਼ਨ ਬੜੀ ਵੱਡੀ ਸਮੱਸਿਆ ਆ, ਔਰ ਹਿੰਦੁਸਤਾਨ ਦੀਆਂ ਕਈ ਸਮੱਸਿਆਵਾਂ ਐਸੀਆਂ ਹੈਗੀਆਂ ਜਿਹੜੀਆਂ ਧਰਮਾਂ ਜਾਤੀਆਂ ਨਾਲ ਵੀ ਜੁੜੀਆਂ ਆ, ਉਹਦੇ ਬਾਰੇ ਵੀ ਸਰਕਾਰ ਵਿਚਾਰ ਕਰ ਰਹੀ ਆ। ਔਰ ਜੇ ਵਿਕਸਿਤ ਭਾਰਤ ਬਣਾਉਣਾ ਤਾਂ ਸਾਰੇ ਜਿਹੜੇ ਮਾਨਕ ਹੈਗੇ ਆ ਉਹ ਇੰਟਰਨੈਸ਼ਨਲ ਲੈਵਲ ਦੇ ਹੋਣੇ ਆ, ਉਹਦੇ ਲਈ ਮੋਦੀ ਜੀ ਬਹੁਤ ਪ੍ਰਯਾਸ ਕਰ ਰਹੇ ਆ, ਚਾਹੇ ਉਹ ਸਮਾਰਟ ਸਿਟੀ ਆ, ਚਾਹੇ ਉਹ ਅੰਮ੍ਰਿਤ ਸਿਟੀ ਆ, ਚਾਹੇ ਉਹ ਕੁਛ ਵੀ ਆ, ਮੇਰੇ ਕਹਿਣ ਦਾ ਮਤਲਬ ਬੁਲੇਟ ਟ੍ਰੇਨ ਆ, ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਔਰ ਪਰ ਕੈਪਟਾ ਇਨਕਮ ਜਿੱਦਾਂ ਵੱਧ ਰਹੀ ਆ, ਗਰੀਬੀ ਰੇਖਾ ਤੋਂ ਬਾਹਰ ਨਿਕਲ ਗਏ, ਬੇਰੁਜ਼ਗਾਰੀ ਅੱਜ 5 ਲੱਖ ਲੋਕਾਂ ਨੂੰ ਉਹਨਾਂ ਨੇ ਸਟਾਰਟਅਪ ਦੇ ਦਿੱਤੇ ਆ, ਜਿਹਦੇ ਨਾਲ ਅੱਗੇ ਅੱਗੇ ਉਹਨਾਂ ਨੇ 10-20 ਲੋਕ ਹਰ ਇੱਕ ਨੇ ਇੰਪਲੋਏ ਰੱਖੇ ਆ ਨੌਜਵਾਨਾਂ ਨੇ। ਸੋ ਇਸ ਤਰੀਕੇ ਨਾਲ ਬੇਰੁਜ਼ਗਾਰੀ 'ਤੇ ਕਾਬੂ ਪਾਇਆ।